ਅੱਜ ਸੂਬੇ 'ਚ ਬਣੇ ਕਾਂਗਰਸ ਸਰਕਾਰ ਨੂੰ ਬਣੇ ਪੂਰੇ 3 ਸਾਲ ਹੋ ਗਏ ਨੇ। ਸੋ ਸਾਡੇ ਨਾਲ ਅੱਜ ਠੇਕਾ ਮੁਲਾਜ਼ਮ ਅਤੇ ਆਂਗਨਵਾੜੀ ਵਰਕਰ ਨੇ, ਤਾਂ ਇਹਨਾਂ ਤੋਂ ਜਾਣਾਂਗੇ 3 ਸਾਲ ਦੇ ਵਿੱਚ ਜਿਹੜੀ ਕਾਂਗਰਸ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਇਹਨਾਂ ਨਾਲ, ਉਹ ਕਿੰਨੇ ਕੁ ਪੂਰੇ ਹੋਏ ਔਰ ਕਿੰਨੇ ਕੁ ਲਾਰਿਆਂ ਦੇ ਵਿੱਚ ਤਬਦੀਲ ਹੋਏ। ਸੋ ਸਾਡੇ ਨਾਲ ਇਸ ਟਾਈਮ ਹੈਗੇ ਨੇ ਠੇਕਾ ਮੁਲਾਜ਼ਮ ਅਤੇ ਆਂਗਨਵਾੜੀ ਵਰਕਰ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਇਹ ਦੱਸੋ, ਹੁਣ ਕਾਂਗਰਸ ਸਰਕਾਰ ਨੂੰ ਬਣਾਏ ਪੂਰੇ 3 ਸਾਲ ਹੋ ਗਏ ਨੇ, ਕਿਵੇਂ ਦਾ ਰਿਹਾ ਹੈ 3 ਸਾਲ, ਥੋੜ੍ਹਾ ਇਸ ਬਾਰੇ ਦੱਸਣਾ ਪੰਜਾਬੀ ਜਨਤਾ। ਸਰ, 3 ਸਾਲ ਪਹਿਲਾਂ ਸਲੋਗਨ ਦਿੱਤਾ ਗਿਆ ਸੀ ਕਾਂਗਰਸ ਵੱਲੋਂ, ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਅਸੀਂ ਅੱਜ ਸਲੋਗਨ ਦੇ ਰਹੇ ਹਾਂ, ਚਾਹੁੰਦਾ ਹੈ ਪੰਜਾਬ ਮਗਰੋਂ ਲਵੇ ਕੈਪਟਨ ਸਰਕਾਰ, ਕਿਉਂਕਿ ਜਿਹੜੇ ਹਾਲਾਤ ਕੀਤੇ ਨੇ ਸਰਕਾਰ ਨੇ ਉਹ ਬਹੁਤ ਹੀ ਮਾੜੇ ਕੀਤੇ ਹੋਏ ਨੇ। ਚਾਹੇ ਉਹ ਕੋਈ ਵੀ ਵਰਗ ਹੈ, ਚਾਹੇ ਉਹ ਨੌਜਵਾਨ ਹੈ, ਕਿਸਾਨ ਹੈ, ਦਲਿਤ ਹੈ, ਮਹਿਲਾਵਾਂ ਨੇ, ਓਵਰਆਲ ਡਿਵੈਲਪਮੈਂਟ ਪੰਜਾਬ ਦੀ ਕਿਤੇ ਵੀ ਨਜ਼ਰ ਨਹੀਂ ਆਊਗੀ ਤੁਹਾਨੂੰ। ਕੋਈ ਨਵੀਂ ਇੰਡਸਟਰੀ ਨਜ਼ਰ ਨਹੀਂ ਆਊਗੀ, ਕੋਈ ਨਵਾਂ ਰੁਜ਼ਗਾਰ ਨਜ਼ਰ ਨਹੀਂ ਆਊਗਾ। ਇਸ ਕਰਕੇ ਜਿਹੜੇ ਖਾਸ ਕਰਕੇ ਕੱਚਾ ਮੁਲਾਜ਼ਮ ਵਰਗ ਹੈ, ਜਿਹੜਾ ਕਿ ਪਿਛਲੇ 15 ਸਾਲਾਂ ਤੋਂ ਇਸੇ ਸਰਕਾਰ ਦਾ ਸੰਤਾਪ ਢੋ ਰਿਹਾ ਹੈ। ਪਿਛਲੇ 10 ਸਾਲ ਅਕਾਲੀ ਗਵਰਨਮੈਂਟ ਨੇ ਵੀ ਸਾਡੀ ਨਹੀਂ ਸੁਣੀ। ਇਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਜਿਵੇਂ ਹੀ ਸਰਕਾਰ 'ਚ ਆਵਾਂਗੇ ਤਾਂ ਪਹਿਲ ਦੇ ਆਧਾਰ 'ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਾਂਗੇ, ਪਰ ਇੱਕ ਵੀ ਮੀਟਿੰਗ ਨਹੀਂ ਕੀਤੀ। ਇੱਥੋਂ ਤੱਕ ਕਿ ਹਾਲਾਤ ਇਹ ਬਣ ਗਏ ਨੇ, 2 ਦਿਨ ਪਹਿਲਾਂ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਨੌਜਵਾਨ ਕੁੜੀਆਂ ਗਲੇ 'ਚ ਫੰਦੇ ਲੈ ਕੇ ਗਈਆਂ ਨੇ ਵੀ ਤੁਸੀਂ ਸਾਡਾ ਜੇ ਹੱਲ ਨਹੀਂ ਕਰਨਾ ਤਾਂ ਘੱਟੋ ਘੱਟ ਸਾਡਾ ਰੱਸੀ ਖਿੱਚ ਕੇ ਸਾਨੂੰ ਮਾਰ ਹੀ ਦਿਓ, ਕਿਉਂਕਿ ਉਹਨਾਂ ਦੀ ਬਦਲੀਆਂ 300-300 ਕਿਲੋਮੀਟਰ ਦੂਰ ਕਰ ਦਿੱਤੀਆਂ ਨੇ। ਕੱਚਾ ਮੁਲਾਜ਼ਮ ਜਿਹੜਾ ਦਾ ਪਤਾ ਨਹੀਂ 10-12 ਸਾਲਾਂ ਤੋਂ ਕਿਵੇਂ ਘਰ ਚਲਾ ਰਿਹਾ, ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ, ਜਿਸ ਦੇ ਵਿਰੋਧ ਵਿੱਚ ਅਸੀਂ ਲਗਾਤਾਰ ਪ੍ਰੋਟੈਸਟ ਵੀ ਕਰ ਰਹੇ ਹਾਂ। ਅਤੇ ਆਉਣ ਵਾਲੇ ਸਮੇਂ 'ਚ ਜੇਕਰ ਸਰਕਾਰ ਅੱਜ ਵੀ ਕੋਈ ਐਲਾਨ ਨਹੀਂ ਕਰਦੀ ਤਾਂ ਜਿਹੜੇ ਪ੍ਰੋਟੈਸਟ ਨੇ ਹੋਰ ਤੇਜ਼ ਕੀਤੇ ਜਾਣਗੇ ਅਤੇ ਜਗ੍ਹਾ ਜਗ੍ਹਾ 'ਤੇ ਜਾ ਕੇ ਇਹਨਾਂ ਦੇ MLA ਕੈਬਨਿਟ ਮਿਨਿਸਟਰਾਂ ਨੂੰ ਘੇਰਿਆ ਜਾਊ। ਤੁਹਾਡਾ ਕੀ ਕਹਿਣਾ, 3 ਸਾਲ ਕਿਵੇਂ ਦੇ ਰਹੇ? ਸੋ 3 ਸਾਲ ਕੋਈ ਕੰਮ ਕੀਤਾ ਹੋਏਗਾ ਤਾਂ ਕੋਈ ਅਨਸਰ ਅਸੀਂ ਕੁਛ ਕਹਿ ਸਕੀਏ ਜੀ। 3 ਸਾਲ ਤਾਂ ਇਹਨਾਂ ਨੇ ਆਪਣੇ ਹਨੀਮੂਨ ਦੇ ਤੌਰ 'ਤੇ ਗੁਜ਼ਾਰਤੇ ਜੀ। ਸਰਕਾਰ ਹਰ ਪੱਖੋਂ ਨਾਕਾਮ ਰਹੀ ਹੈ ਜੀ। ਚਾਹੇ ਕੋਈ ਵਰਗ ਲੈ ਲਓ, ਚਾਹੇ ਸਿੱਖਿਆ ਦਾ ਵਰਗ ਲੈ ਲਓ, ਖੇਡਾਂ ਦਾ ਵਰਗ ਲੈ ਲਓ, ਰੁਜ਼ਗਾਰ ਦੇਣ ਦਾ ਵਰਗ ਲੈ ਲਓ ਜੀ, ਸਭ ਪਾਸੇ ਨਾਕਾਮੀ ਨਾਕਾਮੀ ਹੈ ਜੀ। ਜਿੰਨੇ ਵੀ ਵਾਅਦੇ ਇਹਨਾਂ ਨੇ ਮੈਨੀਫੈਸਟੋ 'ਚ ਕੀਤੇ ਸੀ, ਕੋਈ ਵੀ ਵਾਅਦਾ ਇਹਨਾਂ ਨੇ ਪੂਰਾ ਨਹੀਂ ਕੀਤਾ। ਹੁਣ ਸਰਕਾਰ ਦੇ ਅੱਗੇ ਗੁਜ਼ਾਰਿਸ਼ ਹੈ ਜੀ ਕਿ ਸਮਾਂ ਥੋੜ੍ਹਾ ਹੈ, ਆਪਣੇ ਕੰਮ ਜਿਹੜੇ ਮੈਨੀਫੈਸਟੋ 'ਚ ਤੁਸੀਂ ਵਾਅਦੇ ਕੀਤੇ ਸੀ ਉਹ ਪੂਰੇ ਕਰ ਲਓ, ਨਹੀਂ ਤਾਂ ਇਹਦਾ ਬਹੁਤ ਮਾੜਾ ਅਸਰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਦੇਖਣ ਨੂੰ ਮਿਲੇਗਾ ਜੀ। ਕਿਹੋ ਜਿਹਾ ਅਸਰ ਦੇਖਣ ਨੂੰ ਮਿਲੇਗਾ, ਥੋੜ੍ਹਾ ਇਹਨਾਂ ਨੂੰ ਥੋੜ੍ਹਾ ਇਸ ਬਾਰੇ ਦੱਸੋ, ਕੀ ਤੁਹਾਡੀ ਅੱਗੇ ਰਣਨੀਤੀ ਹੈ ਇਸ ਬਾਰੇ ਦੱਸਣਾ? ਸਰ, ਤੁਹਾਨੂੰ ਜਿੱਦਾਂ ਪਤਾ ਹੀ ਹੈ ਕਿ ਕੋਈ ਵੀ ਕੰਮ ਸਰਕਾਰ ਨੇ ਨਹੀਂ ਕੀਤਾ ਜੀ। ਹੁਣ ਜਨਤਾ ਅੱਕ ਗਈ ਹੈ ਇਸ ਸਰਕਾਰ ਤੋਂ ਜੀ। ਤੁਸੀਂ ਦੇਖਦੇ ਹਾਂ ਜੀ ਕਿ ਕੋਈ ਵੀ ਲੈ ਫੀਲਡ ਵਿੱਚ ਸਭ ਬੰਦੇ ਇਹਨਾਂ ਤੋਂ ਅੱਕ ਚੁੱਕੇ ਨੇ ਜੀ। ਆਪਣੇ ਆਪਣੇ ਘਰਾਂ ਤੋਂ ਹੁਣ ਬਾਹਰ ਨਿਕਲਣਾ ਸ਼ੁਰੂ ਕਰਤਾ ਲੋਕਾਂ ਨੇ, ਅਤੇ ਇਸ ਦੇ ਨਾਲ ਹੀ ਕਿ ਕੋਈ ਵੀ ਵਰਗ ਇਹਨਾਂ ਤੋਂ ਸੈਟਿਸਫਾਈ ਨਹੀਂ ਹੈ। ਜਗਾਉਣ ਲਈ ਲੋਹੜੀ 'ਤੇ ਅਸੀਂ ਇਹਨਾਂ ਨੂੰ ਪੀਪੇ ਖੜਕਾ ਕੇ ਜਗਾਉਣ, ਸੁੱਤੀ ਨੀਂਦ ਤੋਂ ਜਗਾਉਣ ਦੀ ਕੋਸ਼ਿਸ਼ ਕੀਤੀ ਸੀਗੀ ਜੀ। ਹੁਣ ਪਿਛਲੇ ਦਿਨੇ ਸਾਡਾ ਇੱਕ ਸੰਘਰਸ਼ ਸੰਗਰੂਰ ਵਿਖੇ ਹੋਇਆ, ਜਿੱਥੇ ਵਿੱਚ ਸਾਡੀ ਕੁੜੀਆਂ ਵੱਲੋਂ ਜਿਹੜੇ ਕਿ ਇਹਨਾਂ ਤੋਂ ਅੱਕ ਚੁੱਕੀਆਂ, ਜਿਹਨਾਂ ਨੂੰ ਅੱਜ ਇੱਕ ਮਾੜੀ ਨੀਤੀ ਤਹਿਤ ਬਹੁਤ ਦੂਰ ਦੂਰ ਭੇਜਿਆ ਜਾ ਰਿਹਾ, ਉਹਨਾਂ ਨੇ ਆਪਣੇ ਗਲ ਵਿੱਚ ਫੰਦੇ ਲਗਾ ਕੇ ਇਹਨਾਂ ਨੂੰ ਜਾਂ ਆਪਣਾ ਦੁੱਖ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਆਂਗਨਵਾੜੀ ਵਰਕਰ ਹੈ, ਠੀਕ ਹੈ, ਤੁਸੀਂ ਵੀ ਬੜੇ ਲੰਬੇ ਸਮੇਂ ਸੰਘਰਸ਼ ਕਰਿਆ, ਤੁਹਾਡੇ ਵਾਸਤੇ ਜਿਹੜਾ ਇਹ ਕਾਂਗਰਸ ਸਰਕਾਰ ਦੇ 3 ਸਾਲ ਕਿਹੋ ਜਿਹੇ ਰਹੇ, ਥੋੜ੍ਹਾ ਉਸ ਬਾਰੇ ਦੱਸਣਾ? ਸਰ, ਆਉਂਦੇ ਤਾਂ ਪਹਿਲੇ ਸਰਕਾਰ ਨੇ ਆਪਣੇ ਮੈਨੀਫੈਸਟੋ ਵਿੱਚ ਕਾਫੀ ਕੁਛ ਰੱਖਿਆ ਸੀਗਾ ਕਿ ਅਸੀਂ ਆਂਗਨਵਾੜੀ ਵਰਕਰਾਂ ਲਈ ਆਹ ਕਰਾਂਗੇ, ਉਹ ਕਰਾਂਗੇ, ਸਾਨੂੰ ਨਿਗੁਣਾ ਜਿਹਾ ਮਾਨ ਭੱਤਾ ਦਿੱਤਾ ਜਾਂਦਾ। ਸਾਡੀ ਮੰਗ ਸੀ ਕਿ ਘੱਟੋ ਘੱਟ ਸਾਨੂੰ ਜਿਹੜਾ ਮਿਨੀਮਮ ਵੇਜ ਦੇ ਘੇਰੇ ਅੰਦਰ ਜ਼ਰੂਰ ਲਿਆਂਦਾ ਜਾਏ, ਪਰ ਤਿੰਨ ਸਾਲ ਪੂਰੇ ਹੋਣ 'ਤੇ ਆ ਗਏ ਹੈਗੇ ਆ, ਪਰ ਮਿਨੀਮਮ ਵੇਜ ਦੇ ਘੇਰੇ 'ਚ ਤਾਂ ਕੀ ਲਿਆਉਣਾ ਸੀਗਾ। ਇਹਨਾਂ ਨੇ ਇੱਕ ਅਨਾਊਂਸਮੈਂਟ ਕੀਤੀ ਸੀ 18 ਅਕਤੂਬਰ ਦੇ ਵਿੱਚ ਸੈਂਟਰ ਗਵਰਨਮੈਂਟ ਵੱਲੋਂ ਕਿ ਜਿਹੜਾ ਹੈਗਾ ਆ ਤੁਹਾਡਾ 1500 ਜਿਹੜਾ ਤੁਹਾਡਾ ਵਧਾਇਆ ਜਾਊਗਾ, ਉਹਦੇ ਵਿੱਚੋਂ 60-40 ਦੀ ਸ਼ੇਅਰਿੰਗ ਹੁੰਦੀ ਆ, 60% ਤਾਂ ਸਾਨੂੰ ਦੇ ਦਿੱਤਾ ਗਿਆ, ਪਰ 40% ਸਟੇਟ ਲੈਵਲ 'ਤੇ ਇਹੀ ਕਹੀ ਜਾ ਰਹੇ ਕਿ ਬਜਟ ਹੈ ਨਹੀਂ, ਔਰ ਹੋਰ ਵੀ ਸਾਡਾ ਕੋਈ ਵੀ ਵਾਅਦਾ ਜਿਹੜਾ ਇਹਨਾਂ ਨੇ ਪੂਰਾ ਨਹੀਂ ਕੀਤਾ ਜੀ। ਅਤੇ ਹੁਣ ਤੁਹਾਡਾ ਜਿਹੜਾ ਹੈ ਕਿ 2 ਸਾਲ ਹੋਰ ਪਏ ਨੇ ਇਸ ਕਾਂਗਰਸ ਸਰਕਾਰ ਨੂੰ, ਤੁਹਾਡਾ ਇਸ ਦੌਰਾਨ ਤੁਹਾਡੀ ਕੁਛ ਉਮੀਦਾਂ ਹੈ ਜਾਂ ਬਿਲਕੁਲ ਹੀ ਖਤਮ ਹੋ ਗਈਆਂ? ਸਰ, ਉਮੀਦਾਂ ਤਾਂ ਸਾਨੂੰ ਹੈ, ਅਸੀਂ ਆਪਣੇ ਲਗਾਤਾਰ ਸੰਘਰਸ਼ 'ਤੇ ਰਹੇ ਹਾਂ। ਹੁਣ ਇਹ ਜਿਹੜਾ ਹੈਗਾ ਸਾਡਾ 5 ਮਾਰਚ ਨੂੰ ਮੈਡਮ ਨੇ ਦੇਖਿਆ ਕਿ 6 ਮਾਰਚ ਨੂੰ ਸਾਡਾ ਅੰਦੋਲਨ ਸੀਗਾ, ਮੈਡਮ ਨੇ ਮੌਕਾ ਦੇਖਦੇ ਹੋਏ 5 ਮਾਰਚ ਨੂੰ ਅਰੁਣਾ ਚੌਧਰੀ ਜੀ ਨੇ ਮੀਟਿੰਗ ਰੱਖ ਲਈ ਸਾਡੇ ਵਫਦ ਦੇ ਨਾਲ, ਪਰ ਉਹ ਵੀ ਜਿਹੜਾ ਝੂਠੇ ਲਾਰਿਆਂ ਦੇ ਵਿੱਚ ਉਹਨਾਂ ਨੂੰ ਕੋਈ ਵੀ ਉਸ ਮੀਟਿੰਗ ਦਾ ਨਤੀਜਾ ਨਹੀਂ ਰੱਖਿਆ, ਔਰ 6 ਨੂੰ ਅਸੀਂ ਆਪਣਾ ਅੰਦੋਲਨ ਕੀਤਾ, ਅਸੀਂ ਆਪਣੇ ਹੱਕਾਂ ਦੀ ਫਿਰ ਮੰਗ ਕੀਤੀ ਕਿ ਸਾਨੂੰ ਜਿਹੜੇ ਆ ਸਾਡੇ ਹੱਕ ਦਿੱਤੇ ਜਾਣ, ਸਾਨੂੰ ਪ੍ਰੀ ਪ੍ਰਾਇਮਰੀ ਜਿਹੜਾ ਸਾਡੇ ਤੋਂ ਖੋਇਆ ਜਾ ਰਿਹਾ ਉਹ ਵੀ ਸਾਨੂੰ ਦਿੱਤਾ ਜਾਵੇ। ਸੋ ਸਾਡੇ ਨਾਲ ਕੁਝ ਹੋਰ ਮੁਲਾਜ਼ਮ ਵੀ ਨੇ, ਠੇਕਾ ਮੁਲਾਜ਼ਮ ਨੇ, ਸੇਵਾ ਨਾਲ ਗੱਲਬਾਤ ਕਰਦੇ। ਸਰ, ਤੁਹਾਡਾ ਕੀ ਕਹਿਣਾ, ਕਿਵੇਂ ਦੇ ਰਹੇ ਇਹ 3 ਸਾਲ ਤੁਹਾਡੇ? ਪੰਜਾਬ ਸਰਕਾਰ ਦੇ ਜਿਹੜੇ 3 ਸਾਲ ਆ ਤੁਹਾਨੂੰ ਆਮ ਲੋਕਾਂ ਨੂੰ ਸਾਰਿਆਂ ਨੂੰ ਸਾਹਮਣੇ ਦਿਖਾਈ ਦਿੰਦੇ ਆ। ਤੁਹਾਨੂੰ ਕਿਸੇ ਵੀ ਪੱਖ ਦੇ ਉੱਤੇ ਕਿਸੇ ਤਰ੍ਹਾਂ ਦੀ ਵੀ ਕੋਈ ਤਰ੍ਹਾਂ ਦਾ ਵੀ ਵਿਕਾਸ ਦੇਖਣ ਨੂੰ ਮਿਲਣਾ ਪੰਜਾਬ 'ਤੇ, ਚਾਹੇ ਤਾਂ ਨੌਜਵਾਨ ਵਰਗ ਹੈ, ਚਾਹੇ ਸਾਡਾ ਕੋਈ ਪੇਂਡੂ ਖੇਤਰ ਆ, ਚਾਹੇ ਕਿਸਾਨ ਵਰਗ ਹੈ, ਹਰ ਇੱਕ ਬੰਦਾ ਇਸ ਤੋਂ ਦੁਖੀ ਹੈ।
ठीक है, सरकार नूं चाहीदा है कि ये जिहड़े साडा पंजाब जिहड़ा विकास की राह उत्ते चल रहा है उन्हूं प्रोपर तरीके चला, हर एक रोज़गार देन, हर एक आम तो आम छोटे छोटे बंदे की गल सुन, जो बंदे पंजाब की प्रोपर तरक्की हो सके। सर अखीर मैं फिर थोड़े को आऊँगा, हुण जिस तरह थोड़ा कहना कि कांग्रेस सरकार ने जिन्हें भी वादे किए से कोई पूरा नहीं किया, हुण हाले भी 2 साल बचे ने, 3 साल पूरे हुए ने, 2 साल हाले होर ने, इस मौके इस दे उत्ते तुसीं की कहना चाहते हो कि अगे का हुण किदां रहेगा? अगे तो यह सर अज भी जो एक्सपैक्टेड है भी कैप्टन साहब ने 3 साल पूरे होने पर एनवर्सरी से कुछ अनाउंसमेंट्स करनिया ने, जे अनाउंसमेंट्स प्रोपर की जाती ने तो उन्होंने जल्दी लागू किया जाता है तो इट्स गुड, अदरवाइज़ असी दस दी असी जे दिल्ली कांग्रेस भवन भी जा चुके हुए हैं, राहुल गांधी के दफ्तर भी जा चुके हुए हैं आदि गल रखने लिए, हिमाचल असी विधानसभा चोणों वेले प्रोटेस्ट करके आए हुए हैं, सॉरी राजस्थान, ठीक है, तो हुण पंजाब चोणा आ रही ने, कमेटी की चोणा ड्यू ने, तो कई एक दो कारपोरेशन की चोणा भी ड्यू ने, उस तो बाद विधानसभा चोणों की तैयारी ने, असं पूरी तैयारी जुट गए हुए हैं। तुसीं देखो कि आने वाले दिनों जिहड़े इत्थे लोकल MLA ने कैबिनेट मिनिस्टर ने जिवें असीं पहलां कर चुके हुए इन्हां दे घरां च जाके तक्केशाही अवार्ड दे चुके हुए हैं, इन्हां नूं दिवाली दे कोले दे डिब्बे दे चुके हुए हैं, कैप्टन साहब ने ट्वीट किया 24 जनवरी नूं उहदा केक कट चुके हुए हैं, तो खाली पीपे खड़का चुके हुए हैं, असीं इन्हां नूं हर तरह नाल जगाउण दी कोशिश कीती है पर ये नहीं जाग रहे, इस करके सानूं मजबूरन हुण होर सख्त कदम चुकने पैणगे। पंजाब दे लोक मर रहे ने, जे अज करोना नाल कह रहे ने भी मर जाणगे लोक, पंजाब दे लोक तां पहलां खुद फाइल लैके मर रहे ने, तो दैट मीनस करोना तो साढ़े तो पहला ही है, असं इस करोना भी दूर करना, तो सरकार भी सबक सिखाना, इसलिए असं पूरी कोशिश करा भी इन्हों जे हमले ने कट किए जाते लोगों विकास की राह पर आवे। सो इन मुलाजमान का कहना है कि कांग्रेस सरकार ने जिन्हें वादे किए से कोई भी पूरे नहीं किए, तो हुण वेखना आया होएगा कि जिहड़े हुण 3 साल बीतन तक इन्हों का यह कहना है कि कोई भी वादे पूरे नहीं हुए, जिहड़े हुण 2 साल बचे ने कि कांग्रेस सरकार अपने किए वादे पूरे कर पाती है या नहीं। चिराग शर्मा, अजीत वैब TV, जलंधर।